ਹੈਲੋ ਫਰੈਂਡਸ, ਕਿਵੇਂ ਹੋ ਸਾਰੇ? ਅਤੇ ਅੱਜ ਆਪਾਂ ਜਾ ਰਹੇ ਹਾਂ ਨਿਸਾਰ ਹਵੇਲੀ ਡਿਨਰ ਦੇ ਲਈ, ਅਤੇ ਉੱਥੇ ਆਪਣੀ ਸਿਸਟਰਸ ਵੀ ਆਉਣਗੀਆਂ। ਫਰੈਂਡਸ, ਹੁਣ ਫਾਈਨਲੀ ਆਪਾਂ ਗੱਡੀ 'ਚ ਬਹਿ ਗਏ ਹਾਂ ਅਤੇ ਹੁਣ ਜਾ ਰਹੇ ਹਾਂ ਆਪਾਂ, ਅਤੇ ਅੱਗੇ ਦਾ ਸੀਨ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ। ਫਾਈਨਲੀ ਫਰੈਂਡਸ, ਅਸੀਂ ਹਵੇਲੀ 'ਤੇ ਪਹੁੰਚ ਚੁੱਕੇ ਹਾਂ ਅਤੇ ਤੁਸੀਂ ਲਾਸਟ ਤੱਕ ਵਲੌਗ ਨੂੰ ਦੇਖੋ, ਬਹੁਤ ਹੀ ਵਧੀਆ ਹੋਣ ਵਾਲਾ। ਤੋ ਆ ਗਿਆ। ਹੈਲੋ, ਠੀਕ ਹੈ? ਹੈਲੋ, ਠੀਕ ਹੈ ਪੂਜਾ? ਚਲੀਏ ਫਿਰ ਅੰਦਰ। ਚੱਲ ਚੱਲ ਚੱਲ, ਚੱਲ ਹੀ ਰਹੇ ਹਾਂ। ਆਹ ਫਰੈਂਡਸ, ਆ ਚੱਲ ਰਿਹਾ, ਸਿਸਟਰ ਕਰਾ ਰਹੀ ਹੈ ਫੋਟੋ ਸ਼ੂਟ, ਵਧੀਆ ਲੋਕੇਸ਼ਨ ਬਣੀ ਹੈ ਇੱਥੇ। ਆਹ ਦੇਖੋ ਫਰੈਂਡਸ, ਇੱਥੇ ਮੈਰਿਜ ਵਾਲੇ ਸ਼ੂਟ ਵੀ ਹੁੰਦੇ ਆ ਇੱਥੇ ਸਾਰੇ, ਅਤੇ ਆਪਣੀ ਸਿਸਟਰ ਕਰਾ ਰਹੀ ਹੈ ਫੋਟੋ ਸ਼ੂਟ, ਭਰਾ ਕਰ ਰਿਹਾ ਸ਼ੂਟ। ਆਹ ਫਰੈਂਡਸ, ਕਿੰਨਾ ਵਧੀਆ ਨਜ਼ਾਰਾ। ਆਹ ਭਰਾ ਕਰ ਰਿਹਾ ਆਪਣਾ ਸ਼ੂਟ, ਅਤੇ ਸਿਸਟਰ ਕਹਿੰਦੀ ਹੈ ਜੀਪ 'ਤੇ ਸ਼ੂਟ ਕਰਨਾ, ਮੈਂ ਫੋਟੋ ਸ਼ੂਟ ਕਰਨ ਲੱਗਿਆ ਇਹਦਾ। ਆਹ ਫਰੈਂਡਸ ਦੇਖੋ ਕਿੰਨੀ ਵਧੀਆ ਮਾਹੌਲ ਹੈ ਇੱਥੇ। ਬਹਿ ਜਾ ਬਹਿ ਜਾ। ਆਇਆ ਪੂਜਾ, ਕਿਹੜੇ 'ਤੇ ਚੱਲੀਏ? ਲਾ ਦੇ ਗੱਡੀ, ਹਸਾਰ ਲਾਈ ਸਿੱਧਾ, ਹਸਾਰ ਲਾ ਦੀ ਸਿੱਧਾ। ਆਹ ਦੇਖੋ ਫਰੈਂਡ ਤੁਸੀਂ ਨਜ਼ਾਰਾ। ਆਹ ਫਰੈਂਡਸ, ਟਰੱਕ ਫੋਟੋ ਸ਼ੂਟ ਵਾਸਤੇ ਆਪਾਂ ਕੋਈ ਵੀ ਫੋਟੋ ਸ਼ੂਟ ਕਰ ਸਕਦੇ ਹਾਂ ਇੱਥੇ, ਵੀਡੀਓ ਵੀ ਬਣਾ ਸਕਦੇ ਹਾਂ। ਇਹ ਸਾਰਾ ਬਾਹਰ ਦਾ ਵਿਊ ਹੈ ਇਹਦਾ, ਅਤੇ ਹੁਣ ਆਪਾਂ ਜਾਵਾਂਗੇ ਕੁਛ ਡਿਨਰ ਵਗੈਰਾ ਕਰਾਂਗੇ।
ਆ ਦੇਖੋ ਫਰੈਂਡਸ ਹਵੇਲੀ ਚ ਆਇਆ ਫਿਰ ਵੀ ਫੋਨ ਚ ਬੜੇ ਬੈਠੇ ਆ। ਤਾਂ ਫਰੈਂਡ ਸਾਡਾ ਹੋ ਗਿਆ ਡਿਨਰ ਤੇ ਹੁਣ ਆਪਾਂ ਜਾਣ ਲੱਗੇ ਆਪਣੇ ਘਰੇ ਤੇ ਬਹੁਤ ਹੀ ਵਧੀਆ ਅਮੇਜ਼ਿੰਗ ਸੀਗਾ ਸਾਰ ਹਵੇਲੀ। ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ, ਅਸੀਂ ਐਡਰੈਸ ਵਗੈਰਾ ਮੈਂਸ਼ਨ ਕਰ ਦਾਂਗੇ। ਕੀ ਰਹਿ ਗਿਆ, ਕੀ ਕਰਨਾ? ਸਿਸਟਰ ਹੁਣ ਸਾਡੀ ਡਰਾਈਵ ਕਰਨ ਲੱਗੀ ਹੈ ਗੱਡੀ ਤੇ ਹੁਣ ਆਪਾਂ ਜਾਵਾਂਗੇ ਘਰੇ। ਚੱਲ ਚੱਲ ਕੀ ਹੋ ਗਿਆ, ਕੀ ਹੋ ਗਿਆ? ਬਸ ਕਰਦਾ ਕਰਦਾ ਨਾ।